ਪਟਿਆਲਾ ਵਿੱਚ ਪਹਿਲਵਾਨ ਸੁਖਚੈਨ ਸਿੰਘ ਚੀਮਾ ਨੂੰ ਅੰਤਿਮ ਵਿਦਾਇਗ ਦਿੱਤੀ ਗਈ। ਉਹਨਾਂ ਦੀ ਮ੍ਰਿਤਕ ਦੇਹ ਨੂੰ ਕਲੌੜੀ ਗੇਟ ਸ਼ਮਸ਼ਾਨ ਘਾਟ ਵਿੱਚ ਲਿਆਂਦਾ ਗਿਆ, ਜਿਸ ਤੋਂ ਬਾਅਦ ਪੀਆਰਟੀਸੀ ਦੇ ਚੇਅਰਮੈਨ ਕੇਕੇ ਸ਼ਰਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੋਕ ਸੰਦੇਸ਼ ਪੜ੍ਹਿਆ। ਇਸ ਤੋਂ ਇਲਾਵਾ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਵੱਲੋਂ ਵੀ ਸ਼ੋਕ ਸੰਦੇਸ਼ ਭੇਜਿਆ ਗਿਆ। ਇਸ ਮੌਕੇ IG ਪਟਿਆਲਾ AS ਰਾਏ, DIG ਸੁਖਚੈਨ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਮੌਜੂਦ ਰਹੇ। ਸੁਖਚੈਨ ਸਿੰਘ ਚੀਮਾ ਦੇ ਬੇਟੇ ਅਤੇ ਪਹਿਲਵਾਨ ਪਲਵਿੰਦਰ ਸਿੰਘ ਚੀਮਾ ਨੇ ਉਹਨਾਂ ਦੀ ਚਿਤਾ ਨੂੰ ਅਗਨੀ ਦਿੱਤੀ। ਸੁਖਚੈਨ ਸਿੰਘ ਚੀਮਾ ਸਿਰਫ ਹਿੰਦੁਸਤਾਨੀ ਵਰਲਡ ਦੀ ਇੱਕ ਫਿਗਰ ਸੀ, ਔਰ ਅਰਜੁਨ ਅਵਾਰਡੀ, ਜਿਵੇਂ ਤੇਰਾ ਅਵਾਰਡੀ, ਫਿਰ ਉਹਦਾ ਬੇਟਾ, ਉਹਨੇ ਵੀ ਮੈਡਲ ਦਿੱਤੇ। ਉਹਦੇ ਫਾਦਰ ਸਾਹਿਬ ਸੀਗੇ ਰਾਕੇਸ਼ਰ ਸਿੰਘ ਚੀਮਾ, ਉਹ ਪਟਿਆਲਾ ਸਟੇਟ ਦੇ ਪਹਿਲਵਾਨ ਸੀ ਔਰ ਉਸ ਤੋਂ ਵੀ ਜਾਣ ਸੀ। ਉਹਨਾਂ ਨੇ ਬੜਾ ਨਾਮ ਕਮਾਇਆ ਔਰ ਇੱਥੇ ਅਖਾੜੇ ਬਣਾ ਕੇ ਲੋਕਾਂ ਵਿੱਚ ਕੁਸ਼ਤੀ ਦਾ ਜੀ ਭਾਵਨਾ ਸੀ ਉਹ ਪੈਦਾ ਕੀਤੀ, ਔਰ ਉੱਥੋਂ ਬੜੇ ਪਹਿਲਵਾਨ ਪੈਦਾ ਕੀਤੇ ਭਾਰਤ ਵਾਸਤੇ, ਔਰ ਇਹ ਅਚਾਨਕ ਉਹਦੇ ਚਲੇ ਜਾਣਾ ਬਹੁਤ ਸਾਨੂੰ ਦੇਸ਼ ਨੂੰ ਨੁਕਸਾਨ ਹੈ, ਖਾਸ ਕਰ ਪਟਿਆਲੇ ਵਾਲਿਆਂ ਨੂੰ।